ਆ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਡੇ ਨਾਲ ਨੇ ਦੁਆਬੇ ਦੇ ਬਹੁਤ ਹੀ ਪ੍ਰਸਿੱਧ ਵਾਤਾਵਰਣ ਪ੍ਰੇਮੀ, ਜਿਨ੍ਹਾਂ ਨੇ ਆਪਣੇ ਕੰਮਾਂ ਨਾਲ ਨਾ ਸਿਰਫ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਬਲਕਿ ਉਹਨਾਂ ਦੇ ਕੰਮ ਬਾਕੀਆਂ ਲਈ ਵੀ ਪ੍ਰੇਰਨਾ ਨੇ। ਹਾਲਾਂਕਿ ਉਹਨਾਂ ਦਾ ਮੰਨਣਾ ਹੈ ਕਿ ਉਹ ਆਪਣੇ ਕੰਮ ਜੋ ਹੈ ਆਪਣੀ ਆਤਮਿਕ ਸੰਤੁਸ਼ਟੀ ਦੇ ਲਈ ਕਰਦੇ ਨੇ, ਪਰ ਫਿਰ ਵੀ ਜੇ ਚੰਗੇ ਕੰਮ ਹੋਣ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਲੋਕਾਂ ਦੇ ਰੂਬਰੂ ਕਰਾਈਏ। ਸਾਡੇ ਨਾਲ ਨੇ ਸਰਦਾਰ ਫੁੰਮਾ ਸਿੰਘ ਜੀ ਧਾਰੀਵਾਲ। ਧਾਰੀਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ। ਪਹਿਲਾ ਸਵਾਲ ਤਾਂ ਮੇਰਾ ਇਹੀ ਸੀ ਕਿ ਵਾਤਾਵਰਨ ਅੱਜ ਬਹੁਤ ਵੱਡੀ ਸਮੱਸਿਆ ਸਿਰਫ ਭਾਰਤ ਦੀ ਨਹੀਂ ਪੂਰੇ ਵਿਸ਼ਵ ਦੀ ਹੈਗੀ ਆ, ਇਸ ਸਮੱਸਿਆ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਇਹ ਤਾਂ ਹੁਣ ਸਾਰੀ ਦੁਨੀਆ 'ਤੇ ਵੈਸੇ ਲੱਗ ਤਾਂ ਬਹੁਤ ਰਹੇ ਆ, ਲੱਗਣੇ ਚਾਹੀਦੇ ਵੀ ਹੁਣ ਆਪਣੇ ਤਾਂ ਅੱਗੇ ਨਾਲ ਬਹੁਤ ਕਾਫੀ ਹਰਿਆਈ ਆਪਣੇ ਤਾਂ ਦੀਦੀ। ਅੱਛਾ, ਪਹਿਲਾ ਬੂਟਾ ਤੁਸੀਂ ਕਦੋਂ ਲਾਇਆ ਜੀ, ਜਾਂ ਵਾਤਾਵਰਨ ਨਾਲ ਤੁਹਾਡਾ ਪਿਆਰ ਜਿਹੜਾ, ਇਸ਼ਕ ਜਿਹੜਾ ਹੁੰਦਾ, ਹਾਂਜੀ ਪਹਿਲਾ ਇਸ਼ਕ ਕਦੀ ਨਹੀਂ ਬੰਦਾ ਭੁੱਲਦਾ, ਹਾਂਜੀ ਹਾਂਜੀ, ਕਦੋਂ ਤੁਹਾਡਾ ਇਸ਼ਕ ਜਾਗਿਆ? ਇਸ਼ਕ ਤਾਂ ਜੀ ਪਹਿਲੀ ਮੈਂ ਬੋਰਡ ਹੀ ਜਿਹਾ ਲਾਈ ਜ਼ਿਆਦਾ, ਜਿਹੜੀ ਅੱਡੇ 'ਚ ਲੱਗੀ ਆ ਹਲੇ ਨਾ। ਅੱਛਾ ਜੀ, ਉੱਦਾਂ ਜਿਹੜੀ ਆਪਣੇ ਮਗਰ ਟਾਹਲੀਆਂ, ਇਹ ਵੀ ਉਦੋਂ ਹੀ ਪਹਿਲਾਂ ਦੀਆਂ ਜੀ, ਪਰ ਉਸ ਬੋਰਡ ਤੋਂ ਤਾਂ ਮੈਨੂੰ ਇੰਨਾ ਕੁ ਜਾਗਰਤੀ ਹੋਈ ਨਾ ਵੀ ਦੇਖੋ ਇੱਕ ਰੁੱਖ ਉੱਤੇ ਕਿੰਨੇ ਜਾਨਵਰ ਬਹਿੰਦੇ ਆ ਉੱਤੇ, ਅਤੇ ਥੱਲੇ ਰਾਹੀ ਆਉਂਦੇ ਆ, ਬਹਿੰਦੇ ਆ, ਆਰਾਮ ਕਰਦੇ, ਪਾਣੀ ਦਾ ਸਿਲਸਿਲਾ ਬਣਾ ਪੀ ਕੇ ਚਲੇ ਜਾਂਦੇ, ਕਿਸੇ ਨੂੰ ਕੁਛ ਨਹੀਂ ਕਹਿੰਦੇ। ਉੱਥੋਂ ਮੈਨੂੰ ਬਹੁਤ ਗਿਆਨ ਆ। ਕਦੋਂ ਕਿਹੜੀ ਹੋਊਗੀ ਤੁਹਾਡੀ ਏਜ? ਇਸ ਗੱਲ ਇਹਨੂੰ ਉਹਨੂੰ ਲੱਗੀ ਨਹੀਂ ਤਾਂ ਹੋ ਗਿਆ 43 ਸਾਲ ਹੋ ਗਿਆ। 43 ਸਾਲ ਜੀ, ਹਾਂਜੀ, ਉਹਨੂੰ ਲੱਗੀ ਨਹੀਂ ਜਿਹੜੀ। ਅੱਛਾ, ਜਦੋਂ ਇਹ ਤੁਸੀਂ ਲਾਈ ਆ ਉਸ ਤੋਂ ਬਾਅਦ ਉਹ ਵਾਧੀ ਸੀ, ਕਿੱਦਾਂ ਦਾ ਲੱਗਦਾ ਸੀ ਜੀ, ਕਿਉਂਕਿ ਬੰਦੇ ਦਾ ਬੱਚੇ ਵਾਂਗ ਹੀ ਹੁੰਦਾ ਰੁੱਖ? ਬੱਚਿਆਂ ਵਾਂਗ ਪਾਲੀ ਜੀ ਉਹਨੂੰ, ਕਈ ਸਾਲ ਲੱਗੇ ਉਹਨੂੰ। ਅੱਛਾ ਜੀ, ਮੈਂ ਤਾਂ ਇੱਧਰ ਬਈ ਵੱਲੋਂ ਛਾਪੇ ਛੁੱਪੇ ਲਿਆ ਕੇ ਬਣਾ ਕੇ ਨਾ ਜਾਣ, ਅਤੇ ਇੱਦਾਂ ਕਿ ਅੱਡੇ ਦੇ ਵਿੱਚੋਂ ਜਾਨਵਰ ਡੰਗਰ ਲੰਘਦੇ ਬਹੁਤ ਹੁੰਦੇ ਸੀਗੇ, ਅਤੇ ਇੱਦਾਂ ਪਾਲੀ। ਆਹ ਦੇਖੋ ਜਿੱਦਾਂ ਆਇਆ ਜੀ ਨਾ, ਇਹ ਹੁਣ 4-4 ਸਾਲ ਦੇ ਉੱਤੇ ਦੀਆਂ ਬੋੜਾਂ ਜਿਹੜੀਆਂ ਆਇਆ। ਅੱਛਾ ਜੀ, ਅਤੇ ਇਹ ਹੁਣ ਇੱਦਾਂ ਜਿੱਥੇ ਕਿਤੇ ਮੈਨੂੰ ਲਾਂਵਲੇ ਪਿੰਡਾਂ 'ਚ ਦਿਸਣਾ ਨਾ, ਇੱਦਾਂ ਮੈਂ ਉੱਥੇ ਲੈ ਜਾਂਦਾ ਇਹ, ਅਤੇ ਇਹਨੂੰ 3-4 ਸਾਲ ਇਹਦੇ ਵਿੱਚ ਹੀ ਰਹਿੰਦੀਆਂ, ਇਹਨਾਂ ਦੇ ਵਿੱਚ ਗਮਲਿਆਂ ਦੇ ਵਿੱਚ। ਕੀ ਸੰਭਾਲ ਕਰਨੀ ਪੈਂਦੀ ਆ ਜਦੋਂ ਤੁਸੀਂ ਇੱਕ ਵਾਰੀ ਇਹਨੂੰ ਲਾ ਦਿੰਦੇ ਆ ਜੀ, ਫਿਰ ਕਿੰਨੀ ਦੇਰ ਬਾਅਦ ਤੁਸੀਂ ਦੇਖਦੇ ਉਹਨੂੰ? 3-4 ਸਾਲ ਹੀ ਆ ਜ਼ਿਆਦਾ ਇਹਨਾਂ ਨੂੰ। ਅੱਛਾ ਜੀ, ਹਾਂਜੀ, ਫਿਰ ਲਗਾਤਾਰ ਜੇ ਪਾਣੀ ਦੀ ਲੋੜ ਹੈ ਪਾਣੀ ਪਾਉਂਦੇ ਹੋ ਤੁਸੀਂ? ਮੇਰਾ ਬੂਟਾ ਲਾ ਅੱਜ ਤੱਕ ਕਿਤੇ ਇਹ ਨਹੀਂ ਵੀ ਕਿਤੇ ਸੁੱਕ ਗਿਆ ਹੋਊਗਾ ਜਾਂ ਕੋਈ ਮਰ ਗਿਆ ਜਾਓ, ਅਜੇ ਆ, ਕਿਤੇ ਨਹੀਂ ਇੱਦਾਂ ਹੋਇਆ। ਅੱਛਾ, ਮੈਂ ਦੇਖਿਆ ਤੁਸੀਂ ਘਰ ਦੇ ਵਿੱਚ ਵੀ, ਤੁਸੀਂ ਬਾਹਰ ਟੈਂਕਰ ਵੀ ਰੱਖਿਆ, ਉਹਦੇ 'ਤੇ ਵੀ ਸਲੋਗਨ ਲਾਏ ਹੋਏ ਆ, ਹਾਂਜੀ ਹਾਂਜੀ, ਵਾਤਾਵਰਨ ਨੂੰ ਜਿਹੜਾ ਸ਼ੁੱਧ ਬਣਾਉਣ ਦੇ, ਰੁੱਖ ਉਗਾਉਣ ਦੇ ਸਲੋਗਨ ਹੈਗੇ ਆ। ਔਰ ਤੁਸੀਂ ਜਾਣੇ ਜਾਂਦੇ ਇੱਥੇ, ਜੇ ਅਸੀਂ ਪਿੰਡ ਦੇ ਵਿੱਚ ਆਏ ਫੁੰਮਾ ਸਿੰਘ ਜੀ ਦੇ ਘਰ ਜਾਣਾ, ਉਹ ਕਹਿੰਦੇ ਅੱਛਾ ਉਹ ਜਿਹੜੇ ਦਰਖਤਾਂ ਵਾਲੇ ਫੁੰਮਾ ਸਿੰਘ ਜੀ, ਅਤੇ ਇਹ ਕਿੱਦਾਂ ਦਾ ਲੱਗਦਾ ਸਮਾਜ ਤੁਹਾਨੂੰ ਕਿਸ ਤਰ੍ਹਾਂ ਲਿਆ ਸਮਾਜ ਨੇ? ਸਮਾਜ ਨੇ ਜੀ, ਹੁਣ ਮੈਂ ਤੁਹਾਨੂੰ ਕੀ ਦੱਸਾਂ, ਜਿੱਦਾਂ ਤੁਰਨਾ ਚਾਹੀਦਾ ਸਮਾਜ ਨੇ ਇੱਦਾਂ ਤੁਰਿਆ ਨਹੀਂ। ਮੈਂ ਆਪਣੇ ਆਪ ਮੈਂ ਠੀਕ ਠਾਕ ਆ, ਨੰਦਿਆ ਨਹੀਂ ਤੁਰੇ ਨਾ ਸੀ, ਮੈਂ ਲਿਖਦਾ ਵੀ ਇਹ ਕੁਛ ਇੰਨਾ ਇਕੱਲੇ ਆਏ। ਬੜੀ ਗੰਭੀਰ ਸਮੱਸਿਆ ਹੈ ਜੀ ਇਹ, ਫਿਰ ਵੀ ਲੋਕ ਸਮਝਦੇ ਨਹੀਂ ਤੁਹਾਨੂੰ ਲੱਗਦਾ, ਜਿੰਨੀ ਜਾਗਰਤੀ ਹੋਣੀ ਚਾਹੀਦੀ ਸਾਡੇ ਸਮਾਜ ਦੇ ਵਿੱਚ। ਅੱਜ 45 ਡਿਗਰੀ ਟੈਂਪਰੇਚਰ ਆ ਜੀ ਪੂਰਾ, ਅੱਜ ਦੇਸ਼ ਵਿੱਚ ਦੇਖਿਆ ਜਾਵੇ ਅਤੇ ਇੰਨੀ ਗਰਮੀ ਹੈਗੀ ਆ, ਔਰ ਇਹ ਕਿਹਾ ਜਾਂਦਾ ਵੀ ਜਿਹੜਾ ਪ੍ਰਦੂਸ਼ਣ ਹੋ ਰਿਹਾ ਸਾਡਾ ਸਮਾਜ, ਉਹਦੇ ਕਰਕੇ ਵੀ ਇਨਵਾਇਰਮੈਂਟ 'ਤੇ ਫਰਕ ਪੈ ਜੀ ਸਾਡੇ ਸਮਾਜ ਦੇ ਵਿੱਚ। ਅੱਜ ਨਹੀਂ ਮੁੰਡ ਕਦੀਮੋ ਇੱਦਾਂ ਆ, ਅਸੀਂ ਜਾਂਦੇ ਹੁੰਦੇ ਸੀਗੇ ਹਰਿਮੰਦਰ ਸਾਹਿਬ ਤਾਂ ਭਗਤ ਪੂਰਨ ਸਿੰਘ ਜੀ ਵੀ ਬਾਹਰ ਬੈਠੇ ਹੁੰਦੇ ਸੀਗੇ ਜੀ, ਤਾਂ ਉਹਨੇ ਮੂਹਰੇ ਕਾਗਜ਼ ਮੂਹਰੇ ਕਰਨੇ, ਲੈ ਜਾਓ ਤਾਂ ਅਸੀਂ ਚਿੱਤ 'ਚ ਕਰਨਾ, ਨਿਆਣੇ ਸੀਗੇ ਸਾਡੀ ਮਾਈਲ ਜਾਂਦੀ ਹੁੰਦੀ ਸੀ, ਕਹਿਣਾ ਵੀ ਇਹ ਤਾਂ ਵਿਚਾਰੇ ਤਾਂ ਕੋਈ ਮੁੱਲ ਵੀ ਨਹੀਂ ਲੈਂਦਾ ਜੀ, ਯਾਰ ਮੁੜ ਕੇ ਆਉਣਾ ਤਾਂ ਮੱਲੋ ਮੱਲੀ ਫੜਾਉਣੇ ਹੁਣ, ਉਹ ਕਹਿਣਾ ਵੀ ਜੀ ਕਿਸੇ ਨੇ ਪੁੱਛ ਲਿਆ। ਦੇਖੋ ਕਿੱਡੀ ਵੱਡੀ ਚੇਤਨਾ, ਔਰ ਜੇ ਭਗਤ ਸਿੰਘ ਪੂਰਨ ਸਿੰਘ ਉਹਨਾਂ ਦੀ ਗੱਲ ਕਰੀਏ ਤਾਂ ਬਹੁਤ ਸਾਲ ਉਹਨਾਂ ਨੂੰ ਅਣਗੌਲਿਆਂ ਹੀ ਰੱਖਿਆ, ਉਹਨਾਂ ਨੂੰ ਕਿਸੇ ਨੇ ਉਹਨਾਂ ਨੂੰ ਕੇਅਰ ਹੀ ਨਹੀਂ ਕੀਤੀ, ਕਿਸੇ ਨੇ ਕਿਹਾ ਠੀਕ ਆ ਉੱਦਾਂ ਹੀ ਜਾ ਰਿਹਾ। ਤੁਹਾਨੂੰ ਲੱਗਦਾ ਸਮਾਜ ਜਿਹੜਾ ਇੱਥੇ ਗਲਤ ਆ? ਹਾਂਜੀ, ਤਾਂ ਯਾਰ ਮੁੜ ਕੇ ਆ ਕੇ ਫੜਾਉਣਾ, ਕਹਿਣਾ ਇਹਨੂੰ ਪੜੋ, ਪਾਣੀ ਸੁੱਕ ਜਾਣਾ, ਪਾਣੀ ਮੁੱਕ ਜਾਣਾ। ਹਾਂ, ਉਦੋਂ ਕਹਿੰਦੇ ਦੇਖਿਆ, ਹਾਂ ਅੱਜ ਤੋਂ 30 ਸਾਲ 35-40 ਸਾਲ ਪਹਿਲਾਂ ਉਹ ਕਹਿ ਰਹੇ ਸੀ ਕਿ ਪਾਣੀ ਜਿਹੜੀ ਆ ਸਾਡੀ ਖਰਾਬ ਹੋ ਰਿਹਾ, ਉਹਨੂੰ ਸੰਭਾਲਣਾ ਚਾਹੀਦਾ। ਹੁਣ ਸਾਨੂੰ ਚੇਤਾ ਆਉਂਦਾ ਵੀ ਦੇਖ ਲਓ ਉਹਦੀਆਂ ਗੱਲਾਂ ਕਹੀਆਂ ਸੀ ਨਾ, ਮੁਹਰੇ ਆ ਗਈਆਂ ਨਾ, ਇੱਦਾਂ ਮੈਨੂੰ ਲੱਗਦਾ
ਹੁਣ ਮੈਨੂੰ ਪੁੱਛਦੇ ਜਿਹੜੇ ਸਾਡੇ ਪਿੰਡ ਦੇ ਚੰਗੇ ਪੜ੍ਹੇ ਲਿਖੇ ਮੋਹਰ ਮਾਰੇ ਆ, ਕਹਿੰਦੇ ਜਦੋਂ ਤੂੰ ਆ ਬੋੜਾ ਲਾਉਂਦਾ ਸੀ ਉਦੋਂ ਤੈਨੂੰ ਪਤਾ ਸੀ ਵੀ ਇੱਦਾਂ ਥੱਲੇ ਰੌਣਕਾਂ ਲੱਗਣਗੀਆਂ? ਮੈਂ ਕਿਹਾ ਪਤਾ ਸੀ, ਜਿੱਦਾਂ ਤੁਸੀਂ ਆਪਾਂ ਫਸਲ ਨਹੀਂ ਬੀਜਦੇ, ਆਪਾਂ ਨੂੰ ਪਤਾ ਨਹੀਂ ਆਪਾਂ ਸਹੀ ਸਾਲ ਨਹੀਂ ਪਤਾ ਹੁੰਦਾ। ਮੈਂ ਕਿਹਾ ਲੋਕਾਂ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ, ਕੋਈ ਕਹਿੰਦਾ ਮਨੋਰੰਜਨ ਹੀ ਕਰਦਾ ਆ, ਕੋਈ ਪੈਸੇ ਖਰਾਬ ਕਰੀ ਜਾਂਦਾ ਆ, ਕੋਈ ਸਿਹਤ ਚੰਗੀ ਰਹਿੰਦੀ ਇੱਦਾਂ, ਕੋਈ ਇੱਦਾਂ ਵੀ ਕਹਿੰਦੇ ਆ। ਮੈਂ ਕਿਹਾ ਇਹਨਾਂ ਅੱਖਾਂ ਖੁੱਲ੍ਹ ਕੇ ਕੋਈ ਸਾਹਮਣੇ ਨਹੀਂ ਆਇਆ ਤੁਹਾਡੀ ਮਦਦ? ਹਾਂਜੀ ਹਾਂਜੀ, ਖੁੱਲ੍ਹ ਕੇ ਇਹ ਨਹੀਂ ਕਿਹਾ ਵੀ ਫੁੰਮਨ ਸਿੰਘ ਜੀ ਤੁਸੀਂ ਕਰ ਰਹੇ ਆ, ਸਾਨੂੰ ਦੱਸੋ 10 ਬੂਟੇ ਅਸੀਂ ਵੀ ਤੁਹਾਡੇ ਨਾਲ ਲਾਣੇ, ਇੱਦਾਂ ਦਾ ਕੋਈ ਹਲੇ ਤੱਕ ਨਹੀਂ ਆਇਆ? ਨਹੀਂ ਜੀ ਨਹੀਂ ਜੀ, ਇੱਕ ਨਹੀਂ ਐਵੇਂ ਕਹਿ ਦੇਵੇ ਵੀ। ਅੱਛਾ, ਜਿਹੜਾ ਦੂਜਾ ਪਰਿਵਰਤਨ ਤੁਹਾਡੀ ਲਾਈਫ ਦੇ ਵਿੱਚ ਆ, ਮੈਂ ਸੁਣਿਆ ਵੀ ਤੁਸੀਂ ਗਲਾਸੀ ਵੀ ਵਧੀਆ ਲਾਉਂਦੇ ਰਹੇ ਕਿਸੇ ਵੇਲੇ। ਹਾਂਜੀ, ਅਤੇ ਫਿਰ ਇਹ ਕਿੱਦਾਂ ਪਰਿਵਰਤਨ ਹੋਏ ਜੀ ਗੁਰਮਤ ਵੱਲ? ਤੁਹਾਡਾ ਬਾਣਾ ਪੂਰਾ ਰਚੇ ਹੋਏ ਆ, ਅੰਮ੍ਰਿਤ ਛਕਿਆ ਤੁਸੀਂ, ਕੁਦਰਤ ਦੇ ਰੰਗ ਨੇਰੇ ਹੀ ਆ, ਆਪੇ ਜਿੱਧਰ ਨੂੰ ਤੋਰ ਲੈਂਦਾ। ਮੈਨੂੰ ਤਾਂ ਪਤਾ ਵੀ ਨਹੀਂ ਤਾਂ, ਮੈਂ ਇੰਗਲੈਂਡ ਹੀ ਗਿਆ ਸੀਗਾ, ਮੈਂ ਦੱਸਿਆ ਸੀਗਾ ਵੀ ਮੈਂ ਹੁਣ 2 ਸਾਲ ਹੋ ਗਿਆ ਵੀ ਮੈਂ ਕੁਛ ਨਹੀਂ ਖਾਂਦਾ ਪੀਂਦਾ, ਵੀ ਅੰਮ੍ਰਿਤ ਛਕਣਾ, ਉਹਨੂੰ ਕਰਦੇ ਉਹਨੂੰ ਨਹੀਂ ਪਤਾ। ਤਾਂ ਮੈਂ ਫਿਰ ਉੱਥੇ ਆਪਣੇ ਸਮੇਤ ਗੁਰਦੁਆਰੇ ਮੈਂ ਅੰਮ੍ਰਿਤ ਉੱਥੇ ਅੰਮ੍ਰਿਤ ਇੰਗਲੈਂਡ ਤੋਂ ਅੰਮ੍ਰਿਤ ਛਕਿਆ? ਹਾਂਜੀ, ਇੱਧਰ ਕਿਤੇ ਪ੍ਰੋਗਰਾਮ ਨਾਲ ਮੇਰੇ ਜਾਣ ਨੂੰ। ਅੱਛਾ, ਕੀ ਚੇਂਜ ਹੋਇਆ ਤੁਹਾਡੀ ਲਾਈਫ ਦੇ ਵਿੱਚ ਜੀ ਅੰਮ੍ਰਿਤ ਛੱਕ ਕੇ, ਕੀ ਕੁਛ ਪਰਿਵਰਤਨ ਹੋਇਆ ਜੀ? ਮੈਂ ਜੀ ਇੱਦਾਂ ਲੱਗਾ, ਮੈਂ ਜਾਣੀ, ਮੈਂ ਕਿਹਾ ਜਿੱਦਾਂ ਦੁਨੀਆ ਦੇ ਵੱਖ ਹੋ ਕੇ ਜੀਂਦਾ ਹੁੰਦਾ ਬੰਦਾ ਨਾ, ਇੱਦਾਂ ਮਹਿਸੂਸ ਹੁੰਦਾ ਵੀ ਪ੍ਰਵਾਹ ਹੀ ਕੋਈ ਨਹੀਂ, ਠੀਕ ਹੈ ਜੋ ਹੋ ਗਿਆ, ਜੇ ਹੋ ਗਿਆ ਤਾਂ ਵੀ ਠੀਕ ਹੈ, ਨਾ ਹੋ ਗਿਆ ਨਾ ਤਾਂ ਵੀ ਕੋਈ ਪ੍ਰਵਾਹ। ਅੱਛਾ, ਜਿੱਦਾਂ ਦਰਖਤ ਨੇ ਉੱਦਾਂ ਜਾਨਵਰ ਵੀ ਸਾਡੇ ਬਿਲਕੁਲ, ਜੇ ਉਹਨਾਂ ਨੂੰ ਪਿਆਰ ਕਰੋ ਬਹੁਤ ਪਿਆਰ ਕਰਦੇ ਆ। ਮੈਂ ਸੁਣਿਆ ਵੀ ਤੁਸੀਂ ਸੱਪਾਂ ਦੇ ਨਾਲ ਖੇਡਦੇ ਹੋ। ਹਾਂਜੀ, ਸੱਪਾਂ ਦੇ ਨਾਲ ਖੇਡਦੇ ਹੋ, ਕਿੱਦਾਂ ਮਤਲਬ? ਆਮ ਡਰ ਲੱਗਦਾ ਬੰਦੇ ਨੂੰ ਸੱਪ ਦੇ ਨਾਂ ਤੋਂ, ਉਹ ਨਹੀਂ ਉਹਨਾਂ ਨਾਲ ਖੇਡਦੇ ਹੋ? ਇਹ ਇੱਦਾਂ ਹੁੰਦੀ ਹੈ, ਇਹ ਐਵੇਂ ਜਗ ਜੀ ਹੁੰਦੀ ਹੈ, ਇਹ ਮੁੰਡਾ ਜਿਹਾ ਹਿਸਾਬ ਜਿਹਾ ਆ ਜਾਵੇ ਤਾਂ ਕਹਿੰਦੇ ਕੁਛ ਨਹੀਂ, ਛੇੜੇ ਦੇ ਬਗੈਰ ਤਾਂ ਸੱਪ ਨਹੀਂ ਲੜਦਾ। ਅੱਛਾ ਜੀ, ਮੈਂ ਤਾਂ ਪੜ੍ਹ ਕੇ ਹੈਰਾਨ ਰਹਿਗਾ, ਕਹਿੰਦੇ 99% ਡਰਦੇ ਸੱਪ ਦੇ, ਡਰਦੇ ਮਰ ਜਾਂਦੇ ਆ, ਮਾੜੀ ਜਗ ਜੀ ਹੁੰਦੀ ਆ। ਤਾਂ ਮੁੜ ਕੇ ਜਦੋਂ ਇੱਦਾਂ ਹੋਈ ਆ, ਮੁੜ ਕੇ ਫਿਰ ਅਸੀਂ ਕਿਹਾ ਵੀ ਕਮਲ ਪਾਉਣਾ ਸੀ ਵੀ ਸੱਪਾਂ ਨਾਲ ਕੀ ਖੇਲਣਾ। ਅੱਛਾ, ਤੁਹਾਨੂੰ ਲਿਖਣ ਦਾ ਵੀ ਸ਼ੌਂਕ ਹੈਗਾ, 2 ਕਿਤਾਬਾਂ ਵੀ ਤੁਹਾਡੀਆਂ, ਕਾਵਿ ਸੰਗ੍ਰਹਿ ਤੁਹਾਡੇ 2 ਆਏ ਨੇ। ਹਾਂਜੀ, ਲਿਖਣ ਦੀ ਬਿਰਤੀ ਤੁਹਾਡੀ ਕਦੋਂ ਪਈ ਜੀ? ਇਹ ਜੀ ਮੇਰਾ ਦਰਖਤਾਂ ਦੇ ਕਹੂੰਗਾ, ਮੈਂ ਵੀ ਮੂੰਹ ਜੀ, ਮੈਂ ਕਿਹਾ ਵੀ ਕੁਛ ਲਿਖਣਾ ਚਾਹੀਦਾ, ਮੈਂ ਇਕੱਲਾਪਣਾ ਮਹਿਸੂਸ ਕਰਦਾ ਕਰਕੇ ਨਾ, ਫਿਰ ਜਦੋਂ ਮੈਂ ਤਾਂ ਲਿਖਿਆ ਵੀ ਨਾ, ਧਰਤੀ ਦੀ ਪੁਕਾਰ ਆ, ਸਾਰੇ ਰਲ ਕੇ ਰੁੱਖ ਲਗਾਈਏ, ਮੈਂ ਕਿਹਾ ਫੇਰ ਵੀ ਹੁੱਕਾ ਹੋ ਜਾਂਦਾ ਇਹ ਤਾਂ, ਹੋਰ ਸਵਰਗਾਂ ਦੀ ਕੀ ਗੱਲ ਕਰਨੀ, ਧਰਤੀ ਨੂੰ ਸਵਰਗ ਬਣਾਈਏ, ਧਰਤੀ ਨੂੰ ਸਵਰਗ ਬਣਾਈਏ। ਔਰ ਵਾਕਈ ਗੱਲ ਆ, ਜੇ ਰੁੱਖ ਲੱਗ ਜਾਣ ਰੁੱਖਾਂ ਨਾਲ, ਆ ਧਰਤੀ ਸੋਹਦੀ ਜਿਉਂ ਬੱਚਿਆ ਸਿੰਘ ਮਾਵਾਂ, ਉਹ ਵੱਡੀ ਗਏ ਰੁੱਖ ਹੋਰ ਲਾਏ ਨਾ, ਕਿੱਥੋਂ ਲੱਗਾਂਗੇ ਛਾਵਾਂ, ਬਹੁਤ ਅੱਛੇ ਵਕਤ ਬੀਤੇ, ਹੱਥ ਨਹੀਂ ਆਉਣਾ ਹੋਰ ਨਾ ਦੇਰੀ ਲਾਈਏ, ਬਹੁਤ ਅੱਛੀ ਧਰਤੀ ਦੀ ਪੁਕਾਰ ਹੈ, ਸਾਰੇ ਰੁੱਖ ਲਗਾਈਏ। ਬਹੁਤ ਵਧੀਆ ਜੀ, ਔਰ ਬਹੁਤ ਵੱਡਾ ਇਹ ਸੰਦੇਸ਼ ਹੈਗਾ, ਕਿਉਂਕਿ ਜੇ ਲਿਟਰੇਚਰ ਲੋਕਾਂ ਤੱਕ ਜਾਏਗਾ ਤੇ ਉਹ ਲੋਕ ਨੈਚੁਰਲੀ ਆ ਵੀ ਉਹਨੂੰ ਦੇਖ ਕੇ ਪ੍ਰੇਰਿਤ ਹੋਣਗੇ ਜੀ। ਸੁਮਨ ਸਿੰਘ ਧਾਰੀਵਾਲ ਜੀ ਨਾਲ ਇਹ ਗੱਲਬਾਤ ਜਾਰੀ ਰਹੇਗੀ, ਪਰ ਪਹਿਲਾਂ ਇੱਕ ਪੱਛੀ ਚਾਤ ਮਾਰਦੇ ਆ ਉਹਨਾਂ ਦੇ ਜੀਵਨ ਬਾਰੇ, ਔਰ ਖਾਸ ਉਪਲਬਧੀਆਂ ਕੀ ਉਹਨਾਂ ਨੇ ਹਾਸਲ ਕੀਤੀਆਂ ਉਹਨਾਂ ਦਾ ਵੀ ਜ਼ਿਕਰ ਕਰਦੇ ਆ। ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੌਹਾਂ ਧੀਹਾਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ, ਕੁਝ ਰੁੱਖ ਯਾਰਾਂ ਵਰਗੇ ਲੱਗਦੇ, ਚੁੰਮਾਂ 'ਤੇ ਗਲ ਪਾਵਾਂ, ਕੁਝ ਰੁੱਖ ਮੇਰਾ ਜੀ ਕਰਦਾ ਹੈ ਮੋਟੇ ਰੱਖ ਖਡਾਵਾਂ। ਵਾਤਾਵਰਨ ਦੀ ਇਹ ਦੁਨੀਆ ਕਿੰਨੀ ਅਜੀਬ ਹੁੰਦੀ ਹੈ, ਅਤੇ ਇਸ ਦੁਨੀਆ ਦੇ ਵਿੱਚ ਜਦੋਂ ਜਨੂੰਨ ਰਲ ਜਾਵੇ ਅਤੇ ਜਦੋਂ ਇੱਕ ਮਕਸਦ ਰਲ ਜਾਵੇ,
ਅਤੇ ਫਿਰ ਸਮਾਜ ਦੇ ਲਈ ਕੁਛ ਅੱਗੇ ਵਧਣ ਦੀ ਚਾਹਤ ਹੋਵੇ ਅਤੇ ਆਪਣੇ ਆਪ ਸੋਨੇ 'ਤੇ ਸੁਹਾਗਾ ਹੁੰਦਾ ਹੈ। ਫਗਵਾੜਾ ਤੋਂ ਜਲੰਧਰ ਦੇ ਵਿੱਚ GT ਰੋਡ ਤੋਂ ਦੱਤਾ ਹਟਮਾ 3 ਕਿਲੋਮੀਟਰ ਦੂਰ ਪਿੰਡ ਮਾਧੋਪੁਰ ਅਤੇ ਉਸੇ ਪਿੰਡ ਦੇ ਵਿੱਚ ਵਾਤਾਵਰਨ ਦੀ ਅਲਖ ਜਗਾਈ ਇੱਕ ਅਜਿਹੇ ਵਿਅਕਤੀ ਨੇ ਜੋ ਅੱਜ ਆਪਣੇ ਕੰਮਾਂ ਕਰਕੇ ਨਾ ਸਿਰਫ ਸਮਾਜ ਲਈ ਪ੍ਰੇਰਨਾ ਬਣਿਆ ਹੈ ਬਲਕਿ ਉਹਨਾਂ ਦੇ ਕੀਤੇ ਕੰਮਾਂ ਤੋਂ ਹੋਰ ਲੋਕ ਵੀ ਪ੍ਰੇਰਿਤ ਹੋ ਕੇ ਵਾਤਾਵਰਨ ਵੱਲ ਰੁਚਿਤ ਹੋ ਰਿਹਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪਿੰਡ ਮਾਧੋਪੁਰ ਦੀ ਬਹੁਤ ਹੀ ਨਿਕਾਂਤੀ ਸੀ ਸ਼ਖਸੀਅਤ ਸਰਦਾਰ ਫੁੰਮਨ ਸਿੰਘ ਜੀ ਦੀ। ਸਰਦਾਰ ਫੁੰਮਨ ਸਿੰਘ ਜੀ ਨੇ ਬਚਪਨ ਤੋਂ ਹੀ ਰੁੱਖਾਂ ਦੇ ਨਾਲ ਅਜਿਹਾ ਲਗਾ ਪਾਇਆ ਕਿ ਉਹ ਸਾਰੀ ਜੀਵਨ ਉਹਨਾਂ ਦੇ ਨਾਲ ਰਿਹਾ। ਉਹਨਾਂ ਨੇ ਆਪਣੇ ਇਹਨਾਂ ਰੁੱਖਾਂ ਦੇ ਲਗਾ ਕਰਕੇ ਹੀ ਪਿੰਡ ਦੇ ਵਿੱਚ ਜਾ ਕੇ ਬਹੁਤ ਸਾਰੇ ਰੁੱਖ ਲਗਾਏ ਔਰ ਉਹਨਾਂ ਦੀ ਉਹ ਕੇਅਰ ਟੇਕ ਹੀ ਨਹੀਂ ਕਰਦੇ ਬਲਕਿ ਉਹਨਾਂ ਨੂੰ ਪਾਲਣ ਪੋਸ਼ਣ ਵੀ ਕਰਦੇ ਨੇ। ਅੱਜ ਇਸ ਜੀਵਨ ਦੇ ਇਸ ਪੜਾਅ ਦੇ ਵਿੱਚ ਰੁੱਖਾਂ ਨਾਲ ਉਹਨਾਂ ਦਾ ਲਗਾ ਦਿਨੋ ਦਿਨ ਵੱਧ ਰਿਹਾ ਹੈ ਅਤੇ ਲਗਾ ਵਾਤਾਵਰਨ ਨੂੰ ਸਵੱਛ ਬਣਾਉਣ ਦੇ ਲਈ ਇੱਕ ਵੱਡਾ ਰੋਲ ਵੀ ਅਦਾ ਕਰ ਰਿਹਾ ਹੈ। ਫੁੰਮਨ ਸਿੰਘ ਧਾਰੀਵਾਲ ਉਹਨਾਂ ਨੂੰ ਇੰਗਲੈਂਡ ਜਾਣ ਦਾ ਮੌਕਾ ਮਿਲਿਆ ਅਤੇ ਇੱਥੋਂ ਦੇ ਵਾਤਾਵਰਨ ਨੂੰ ਦੇਖ ਕੇ ਉਹਨਾਂ ਵਿੱਚ ਇੱਕ ਨਵੀਂ ਜਾਗਰਤੀ ਆਈ। ਆਪਣੇ ਪਿੰਡ ਆ ਕੇ ਉਹਨਾਂ ਨੇ ਬਹੁਤ ਸਾਰੇ ਪੱਕੇ ਪੌਦੇ ਜੋ ਲਗਾਏ ਉਹਨਾਂ ਦੇ ਲਗਾਏ ਪੌਦੇ ਅੱਜ 30-30, 35-35 ਸਾਲਾਂ ਦੇ ਨੇ ਅਤੇ ਅੱਜ ਉਹਨਾਂ ਦੀ ਸ਼ਾਨ ਨੂੰ ਹਰ ਕੋਈ ਮਾਣ ਰਿਹਾ ਹੈ। ਬਾਬਾ ਭੋਲੀ ਜਠੇਰਿਆਂ ਦੇ ਇਹਨਾਂ ਦਰਖਤਾਂ ਨੂੰ ਤੁਸੀਂ ਦੇਖ ਰਹੇ ਹੋ, ਇਹਨਾਂ ਦਰਖਤਾਂ ਦੇ ਵਿੱਚ ਵੀ ਸਰਦਾਰ ਫੁੰਮਨ ਸਿੰਘ ਧਾਰੀਵਾਲ ਦੇ ਹੱਥਾਂ ਦੀ ਛੋਹ ਹੈ। ਅੱਜ ਇਹ ਦਰਖਤ ਜਿੱਥੇ ਖਾਸ ਤੌਰ 'ਤੇ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਠੰਡਕ ਦਿੰਦੇ ਨੇ, ਉੱਥੇ ਨਾਲ ਹੀ ਤੁਸੀਂ ਦੇਖ ਰਹੇ ਹੋ ਇਹਨਾਂ ਵਿੱਚੋਂ ਦਰਖਤ ਬਹੁਤ ਪੁਰਾਣੇ ਨੇ ਜਿਨ੍ਹਾਂ ਦੀ ਉਮਰ 20-25-30-40 ਸਾਲ ਵੀ ਪੁਰਾਣੀ ਜਾਪ ਰਹੀ ਹੈ। ਇਹ ਇੱਕ ਬਹੁਤ ਵੱਡੀ ਦੇਣ ਹੈ ਇਸ ਵਾਤਾਵਰਨ ਪ੍ਰੇਮੀ ਦੀ। ਹਾਂਜੀ, ਕਿਹਾ ਜਾਂਦਾ ਹੈ ਕਿ ਲੇਖਕ ਕਵੀ ਅਤੇ ਫਕੀਰ ਕੁਦਰਤ ਦੇ ਬਹੁਤ ਨੇੜੇ ਹੁੰਦੇ ਹਨ। ਸਰਦਾਰ ਫੁੰਮਨ ਸਿੰਘ ਜੀ ਜਿੱਥੇ ਇੱਕ ਉੱਚ ਕੋਟੀ ਦੇ ਲੇਖਕ, ਵਧੀਆ ਗੀਤਕਾਰ ਅਤੇ ਇਹਨਾਂ ਦੀ ਤਬੀਅਤ ਵੀ ਫਕੀਰਾਨਾ ਹੈ। ਸੋ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਉਤਰਾਅ ਚੜ੍ਹਾਅ ਦੇਖੇ ਹਨ, ਪਰ ਜੇ ਇਸ ਸਮੱਸਿਆ ਨੂੰ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਮਝਣ ਦੀ ਲੋੜ ਹੈ, ਉਸ ਨੂੰ ਸੁਲਝਾਉਣ ਦੇ ਲਈ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ। ਪਿਛਲੇ ਕਾਫੀ ਸਾਲਾਂ ਤੋਂ ਇਹਨਾਂ ਦਾ ਪਹਿਲਾਂ ਪੰਛੀਆਂ ਦੇ ਨਾਲ ਬੜਾ ਪ੍ਰੇਮ ਸੀ, ਅੱਜ ਜਦ ਦੇਖਦੇ ਹਨ ਕਿ ਪੰਛੀਆਂ ਦੇ ਰਹਿਣ ਦੇ ਲਈ ਕੋਈ ਆਲਣਾ, ਕੋਈ ਘਰ, ਕੋਈ ਬਸੇਰਾ ਨਹੀਂ ਹੈ, ਅਤੇ ਇਹਨਾਂ ਨੇ ਅੱਜ ਰੁੱਖਾਂ ਦੀ ਘਾਟ ਨੂੰ ਮਹਿਸੂਸ ਕਰਦਿਆਂ ਹੋਇਆਂ ਲੰਬੇ ਸਮੇਂ ਤੋਂ ਵੱਖ ਵੱਖ ਪਿੰਡਾਂ ਦੇ ਵਿੱਚ ਆਪਣੇ ਨਗਰ ਮਾਧੋਪੁਰ ਦੇ ਵਿੱਚ ਆਲੇ ਦੁਆਲੇ ਦੇ ਸਟੇਸ਼ਨਾਂ ਦੇ ਉੱਤੇ, ਆਲੇ ਦੁਆਲੇ ਦੀਆਂ ਖਾਲੀ ਜਗ੍ਹਾ ਦੇ ਉੱਤੇ ਬਹੁਤ ਬੜੇ ਬੜੇ ਔਰ ਪੁਰਾਣੇ ਦਰੱਖਤ, ਨਾਮੀ ਦਰੱਖਤ ਲਾਏ ਹਨ। ਸੋ ਅਸੀਂ ਸਰਦਾਰ ਫੁੰਮਨ ਸਿੰਘ ਦਾ ਬੜਾ ਧੰਨਵਾਦ ਕਰਦੇ ਹਾਂ ਜੋ ਆਪਣੇ ਨਾਮ ਤੋਂ ਹੀ ਇੱਕ ਇਹੋ ਜਿਹੇ ਅਜੀਬ ਸ਼ਖਸ ਹਨ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਕੀ ਤੁਹਾਡਾ ਹੁਣ ਟੀਚਾ ਹੈ ਆਉਣ ਵਾਲੇ ਸਮੇਂ ਵਿੱਚ? ਬਹੁਤ ਸਾਰੇ ਬੋਲ ਲਵਾਏ ਤੁਸੀਂ, ਦਰੇਕਾਂ ਬਹੁਤ ਸਾਰੀਆਂ ਲਾਈਆਂ, ਪੱਕੇ ਬੂਟੇ ਤੁਸੀਂ ਬਹੁਤ ਲਾ ਚੁੱਕੇ ਹੋ, ਹੁਣ ਆਉਣ ਵਾਲੇ ਸਮੇਂ ਵਿੱਚ ਜੋ ਜੀਵਨ ਦੇ ਇਸ ਪੜਾਅ ਦੇ ਵਿੱਚ ਕੀ ਤੁਹਾਡੀ ਖੁਆਇਸ਼ ਹੈਗੀ ਵਾਤਾਵਰਨ ਲਈ? ਮੈਨੂੰ ਇੱਦਾਂ ਲੱਗਦਾ ਵੀ ਰਿੜਿਆ ਰਹਾਂ, ਇੱਦਾਂ ਮੈਂ ਦਰਖਤਾਂ ਵਿੱਚ ਇੱਦਾਂ ਹੋਈਦਾ ਨਾ, ਮੈਂ ਤਾਂ ਸਾਰੇ ਇੱਦਾਂ ਲਾਤੀ ਹੋਇਆ ਹੈਗਾ। ਠੀਕ ਹੈ, ਇੱਦਾਂ ਵਿੱਚ
ਆਲੇ ਦੁਆਲੇ ਦਾ ਖਿਆਲ ਨਹੀਂ ਰਹਿੰਦਾ। ਠੀਕ ਹੈ, ਇਹ ਸੀ ਸਰਦਾਰ ਫੁੰਮਨ ਸਿੰਘ ਧਾਰੀਵਾਲ, ਉਹਨਾਂ ਨਾਲ ਗੱਲਾਂ ਕੀਤੀਆਂ। ਵਾਤਾਵਰਨ ਪ੍ਰੇਮੀ ਨੇ ਰੁੱਖ ਲਗਾਏ ਨੇ, ਔਰ ਹੈਰਾਨੀ ਦੀ ਗੱਲ ਹੈ ਵੀ ਉਹਨਾਂ ਦੇ ਲੱਗੇ ਹੋਏ ਰੁੱਖ ਜੋ ਹੈ ਅੱਜ 40-40, 45-45 ਸਾਲ ਦੇ ਹੋ ਚੁੱਕੇ ਨੇ। ਇੱਥੋਂ ਤੁਸੀਂ ਉਹਨਾਂ ਦੀ ਸਾਧਨਾ, ਉਹਨਾਂ ਦੀ ਮਿਹਨਤ, ਔਰ ਖਾਸ ਤੌਰ 'ਤੇ ਰੁੱਖਾਂ ਨਾਲ ਜੋ ਉਹਨਾਂ ਦਾ ਪਿਆਰ ਹੈ, ਤੁਸੀਂ ਉਸ ਦਾ ਅੰਦਾਜ਼ਾ ਲਾ ਸਕਦੇ ਹੋ। ਅਸੀਂ ਇੱਛਾ ਕਰਦੇ ਹਾਂ, ਔਰ ਸਾਡੀ ਖੁਆਇਸ਼ ਵੀ ਹੈ, ਅਸੀਂ ਦਿਲੀ ਤਮੰਨਾ ਵੀ ਕਰਦੇ ਹਾਂ, ਔਰ ਆਸ ਵੀ ਹੈ ਸਾਨੂੰ ਕਿ ਸਰਦਾਰ ਫੁੰਮਾ ਸਿੰਘ ਜੀ ਧਾਰੀਵਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਾਤਾਵਰਨ ਲਈ ਇਸੇ ਤਰ੍ਹਾਂ ਜੁੜੇ ਰਹਿਣਗੇ, ਅਤੇ ਉਹਨਾਂ ਦੇ ਕੀਤੇ ਕੰਮ ਹਜ਼ਾਰਾਂ ਲੋਕਾਂ ਦੇ ਲਈ ਪ੍ਰੇਰਣਾ ਬਣਨਗੇ। ਔਰ ਖਾਸ ਤੌਰ 'ਤੇ ਜੋ ਪ੍ਰਦੂਸ਼ਣ ਦੀ ਸਭ ਤੋਂ ਵੱਡੀ ਸਮੱਸਿਆ ਖਾਸ ਤੌਰ 'ਤੇ ਸਾਡੇ ਦੁਆਬਾ ਰੀਜਨ ਦੇ ਵਿੱਚ ਹੈ, ਉਹ ਇਸ ਤੋਂ ਨਜਾਤ ਪਾਏਗਾ। ਫੁੰਮਨ ਸਿੰਘ ਧਾਰੀਵਾਲ ਜੀ, ਤੁਸੀਂ ਸਾਡੇ ਨਾਲ ਗੱਲਬਾਤ 'ਤੇ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਾਡਾ ਆਪਣੀ ਟੀਮ ਦਾ ਬਹੁਤ ਧੰਨਵਾਦ ਜੀ।